ਦੀ ਕੈਬ ਨਹੀਂ ਬੁੱਕ ਹੋ ਰਹੀ ਤੇ ਇਹ ਜਨਾ ਪਤਾ ਕਿਉਂ ਨਹੀਂ ਆਪਣੀ ਕੈਬ ਕਿਉਂ ਨਹੀਂ ਲੈ ਕੇ ਜਾ ਰਹੇ, ਆਪਣੀ ਗੱਡੀ ਕਿਉਂ ਨਹੀਂ ਲੈ ਕੇ ਜਾ ਰਹੇ। ਇਹ ਰੋਕ ਲਏਗਾ, ਕੋਈ ਵਰਦੀ ਨਹੀਂ ਪਾਈ, ਫਲਾਣਾ ਟਮਕਾਣਾ, ਵੋਟੀ ਨਾਲ ਬੈਠੀ ਫਿਰ ਵੀ ਡਰੀ ਜਾਣਾ। 8 ਮਿੰਟ ਤੱਕ ਕਹਿੰਦਾ ਤੇ 8 ਮਿੰਟ ਤੇਰੀ ਹੋ ਗਈ ਬੁੱਕ ਕਿ ਨਹੀਂ ਹੋਈ, ਮੈਂ ਕੈਨਸਲ ਕਰ ਦੇਣਾ ਜਾਣਾ। ਮੰਮੀ ਮੰਮੀ ਪਤਾ ਨਹੀਂ ਕਿਹਦੀ ਬੁਨਤੀ ਕਰੀ ਜਾਂਦੀ। ਚੱਲ ਚੁੱਪ ਕੇ ਚਿਰਾ ਮੈਂ ਆਏ। ਦੀਪਕਾ ਤੇਰੀ ਬੱਸ ਹੋ ਗਈ, ਆ ਜਾ। ਤੇ ਅੱਜ ਸਾਡੇ ਘਰ ਦੇ ਬਾਹਰ ਪ੍ਰੋਗਰਾਮ ਵੀ ਸੀਗਾ, ਭਾਜੀ ਹੁਣਾਂ ਘਰ ਕੁੜੀ ਹੋਈ ਸੀਗੀ ਤੇ ਉਹਦੀ ਖੁਸ਼ੀ 'ਚ ਪ੍ਰੋਗਰਾਮ ਕੀਤਾ ਲੋਹੜੀ ਦਾ। ਤੇ ਹੁਣ ਅਸੀਂ ਚੱਲੇ ਹਾਂ, ਬਸ ਇਹਨਾਂ ਦੀ ਗੱਡੀ ਆ ਜਾਏ, ਕੈਬ ਬੁੱਕ ਕਰ ਲਈ ਆਪਣੀ, ਖੜੀ ਆ, ਕਿਤੇ ਵੀ ਨਹੀਂ ਹੋ ਰਹੀ। ਸੋ ਫਾਈਨਲੀ ਅਸੀਂ ਨਿਕਲ ਚੁੱਕੇ ਹਾਂ ਹੁਣ, ਤੇ ਕੈਬ ਬੁੱਕ ਕਰ ਰਹੇ ਸੀਗੇ ਜਨਾਬ, ਕੈਬ ਬੁੱਕ ਹੋਈ ਨਹੀਂ ਹੈ ਕਿਉਂਕਿ ਸੰਡੇ ਰਸ਼ ਹੁੰਦਾ ਹੈ, ਇਸ ਕਰਕੇ ਕੈਬ ਵੀ ਜਲਦੀ ਬੁੱਕ ਨਹੀਂ ਹੁੰਦੀ। ਹੁਣ ਆਪਣੀ ਗੱਡੀ ਹੈ, ਗੱਡੀ ਜਦੋਂ ਮੈਂ ਪਹਿਲਾਂ ਕਹਿ ਰਹੀ ਸੀ ਇੰਨਾ ਟਾਈਮ ਕਿਉਂ ਵੇਸਟ ਕੀਤਾ ਮੇਰਾ, ਮੈਨੂੰ ਲੱਗਾ ਸੀ ਮੈਂ ਕਿਹਾ ਇੰਨਾ ਕੀਮਤੀ ਟਾਈਮ ਹੈ। ਹੁਣ ਆਪਣੀ ਹੀ ਗੱਡੀ 'ਚ ਜਾ ਰਹੇ ਹਾਂ ਤੇ ਉੱਥੇ ਜਾ ਕੇ ਦੇਖੋ ਪਾਰਕਿੰਗ ਮਿਲਦੀ ਹੈ ਕਿ ਨਹੀਂ। ਪਾਰਕਿੰਗ ਦੀ ਬੜੀ ਦਿੱਕਤ ਆਉਂਦੀ ਹੈ ਸਪੈਸ਼ਲੀ ਫੋਰ ਸੈਟਰਡੇ ਸੰਡੇ, ਅਦਰਵਾਈਜ਼ ਤਾਂ ਪਾਰਕਿੰਗ ਬਹੁਤ ਆ ਉੱਥੇ। ਸੋ ਚੱਲਦੇ ਹਾਂ ਅੱਗੇ ਦੇਖਾਂ। ਸੋ ਫਾਈਨਲੀ ਅਸੀਂ ਪਹੁੰਚ ਚੁੱਕੇ ਹਾਂ ਲੈਂਟੇ ਮੋਲ ਤੇ ਪਾਰਕਿੰਗ ਹੋ ਚੁੱਕੀ ਹੈ ਤੇ ਇਹਨਾਂ ਦਾ ਫੋਟੋਸ਼ੂਟ ਵੀ ਸ਼ੁਰੂ ਹੋ ਗਿਆ ਆ, ਪਰ ਮੈਂ ਜਦੋਂ ਵੀ ਤਿੰਨ ਆਉਂਦੀ ਹਾਂ ਇਹਨਾਂ ਰੋਲਾ ਕੇ ਇੱਧਰ ਮੇਰੇ ਨੇ ਕੋਈ। ਸੋ ਫਾਈਨਲੀ ਅਸੀਂ ਪਹੁੰਚ ਚੁੱਕੇ ਹਾਂ। ਆਲਰਾਈਟ, ਓ ਯਾ ਓ ਵੀ ਓਕੇ, ਤੁਹਾਡੇ ਉਹਦਾ ਮਕਾਨ ਇੱਦਾਂ ਦੀ ਜਗ੍ਹਾ ਨਹੀਂ ਹੈਗੀ। ਨਹੀਂ, ਫਾਈਨ ਬਾ ਦੁਕਾਨਾਂ ਤੇ ਲੈ ਜੀ, ਦੋ ਚਾਰ ਦੁਕਾਨਾਂ ਪਿੰਡ ਚ ਉੱਥੇ ਲੈ ਜਾਓਗੇ। ਚੱਲ ਉੱਥੇ ਚੱਲੀ ਮੋਟੀ ਖਾਣ, ਚੱਲ ਤੈਨੂੰ ਉੱਥੇ ਦਵਾਬਾ ਸਵੀਟ ਲੈ ਜਾ, ਚੱਲ ਤੈਨੂੰ ਉੱਥੇ ਲੈ ਜਾ। ਆਹ ਦੇਖੋ ਜੱਟੀ ਦਾ ਲਾਟੇ ਮਾਲ ਚ ਲੈ ਕੇ ਆਈ। ਤੁਹਾਨੂੰ ਨਾਲ ਲਿਆ ਕੇ ਆਪਣਾ ਜਲੂਸੇ ਕਢਾਉਣੀ ਹੁੰਦੀ ਆ ਕਿਉਂਕਿ ਤੁਸੀਂ ਇੰਨਾ ਬਦਤਮੀਜ਼ੀ ਨਾਲ ਬੋਲਦੀਆਂ ਨਾ, ਮੇਰੀ ਗੱਲ ਸੁਣ ਲਓ, ਬੰਦਾ ਕੋਈ ਪਛਾਣ ਵੀ ਲੈਂਦਾ ਆ ਵੀ ਇਹ ਉਹੀ ਕਪਲ ਆ, ਤੁਸੀਂ ਸਾਡਾ ਜਲੂਸ ਨਾ ਕਢਾਇਓ। ਇਹ ਬਾਂਦਰੀਓ ਸੁਣ ਲਓ ਮੇਰੀ ਗੱਲ, ਸੁਣ ਗਿਆ, ਹੌਲੀ ਬੋਲਣਾ, ਇਹ ਤੁਹਾਡਾ ਘਰ ਨਹੀਂ ਹੈਗਾ ਨਾਲੇ। ਓਕੇ ਪੰਜਾਬੀ ਤਾਂ ਬਿਲਕੁਲ ਦੇ ਦੇ, ਜਮਾਂ ਹੀ ਗੁੰਗੀਆਂ ਹੋ ਗਿਆ, ਏਦਾਂ ਗੁੰਗੀਆਂ ਹੀ ਵੜਨਾ, ਅੰਦਰ ਗੁੰਗੀਆਂ ਹੀ ਨਿਕਲਣਾ। ਚੰਡੀਗੜ੍ਹ ਚੋਂ ਮਿਲਦੀ ਬ੍ਰਾਂਡ ਲਾਂਟੇ ਮੋਲ ਚ ਜ਼ਰੂਰ ਮਿਲ ਜਾਂਦਾ। ਆਜੋ ਅੰਦਰ ਚੱਲਦੇ ਆ ਸਾਰੇ ਜਾਣੇ। ਇਹਨਾਂ ਦੀ ਆਉਣੀ ਸੁਰਾਣਾ ਲੱਗਿਆ ਦੇਖਿਆ, ਇਹਨਾਂ ਦਾ ਕੁਝ ਨੀ ਆਉਣਾ ਲੱਗਾ, ਆਪਣਾ ਵੀ ਬੋਲੀ ਜਾਂਦੀਆਂ। ਦੇਖ ਸਕਦੇ ਹੋ ਅਸੀਂ ਅਲਾਂਟੇ ਮੋਲ ਦੇ ਅੰਦਰ ਆ ਚੁੱਕੇ ਹਾਂ ਤੇ ਬਹੁਤ ਹੀ ਘੈਂਟ ਘੈਂਟ ਬ੍ਰਾਂਡ ਹੈ ਇੱਥੇ ਤੇ ਡਿਸਕਾਊਂਟ ਵੀ ਬਹੁਤ ਚੱਲ ਰਹੇ ਨੇ ਤੇ ਇਹਨਾਂ ਦਾ ਫੋਟੋ ਸ਼ੂਟ ਚੱਲ ਰਿਹਾ ਮੈਡਮਾਂ ਦਾ, ਇਹਨਾਂ ਨੇ ਸਾਡਾ ਵੀ ਬਣਾਉਣਾ, ਸਾਨੂੰ ਇਹਨਾਂ ਨੂੰ ਲੈਣਾ ਪੈਂਦਾ ਹੈ, ਸਾਨੂੰ ਤੀਜੇ ਬੰਦੇ ਦੀ ਬਹੁਤ ਲੋੜ ਹੈ ਜਿਹੜੀ ਸਾਡੀ ਵੀਡੀਓਸ ਵਗੈਰਾ ਬਣਾ ਰਹੇ, ਇਹ ਮੋਡਲਾਂ ਆਪ ਹੀ ਆ ਦਿੰਦੀਆਂ ਰਹਿੰਦੀਆਂ। ਆਜੋ ਚੱਲਦੇ ਹਾਂ, ਪਿੱਛੇ ਚੱਲਦੇ ਹਾਂ, ਆਜੋ ਭਗਾਲੀਏ ਸਾਨੂੰ ਨੈਕਸਟ ਫੋਟੋ ਦੇਣ ਪਤਾ ਸੋਹਣਾ ਹੀ ਹੋ ਜਾਂਦਾ ਹੈ ਤੁਮੀ ਘੁੰਮਣਾ।
ਆ ਜਾਓ ਜੀ ਸਾਰਿਆਂ ਨੂੰ ਮਾਹੌਲ ਦਿਖਾ ਲਈ ਜਾਣਾ ਹੈ ਤੈਨੂੰ ਪਰਸ ਦਾ ਸ਼ਾਮ ਦਾ ਆਪਣਾ ਪਰਸ ਬੇਟਾ ਪਰਸ ਬਾਹਰ ਜਾ ਕੇ ਯਾਰ ਦੁਬਈ ਵਾਂਗੂ ਜਾਓ ਜੀ ਸਾਨੂੰ ਦੁਬਈ ਜਾਣ ਦੀ ਲੋੜ ਨੀ ਹੈ ਸਾਡੇ ਚੰਡੀਗੜ੍ਹ ਅਲਾਂਟੇ ਮੋਲ ਚ ਹੀ ਇੱਕ ਡੈਕੋਰੇਸ਼ਨ ਦੇ ਦਿੱਤੀ ਗਈ ਹੈ ਦੁਬਈ ਵਰਗੀ ਸੋ ਵਾਓ ਯਾਰ ਤੈਨੂੰ ਅੱਛੇ ਸਮਾਨ ਸਮਾਨ ਵੀ ਲੱਗ ਗਿਆ ਹੁਣ ਆ ਜਾ ਦੇਖਦੇ ਹਾਂ ਨਹੀਂ ਕਹ ਦੇਖਦੇ ਹਾਂ ਝੂਟੇ ਦਵਾ ਦੋ ਹਾਂ ਵੇਖ ਲਓ ਹਾਂ ਝੂਟੇ ਤੋਂ ਬੜਾ ਨਿਆਣੀ ਹੈ ਝੂਟਾ ਲਈਏ ਨਿਆਣੀ ਯਾਰ ਤੈਨੂੰ ਪੀ ਮੋਟੀ ਜਾ ਕੀ ਸਾਹਿਬ ਜਾ ਰਿਹਾ ਹਾਂ ਮੈਂ ਨਿਊ ਲੱਗਿਆ ਆ ਹਨਾ ਹੈ ਤੁਹਾਡੇ ਇਥੇ ਧੁੱਪ ਹੀ ਨਹੀਂ ਨਿਕਲਦੀ ਪਈ ਤੁਸੀਂ ਦੇਖਿਓ ਇੱਥੇ ਰੇਲ ਧੁੱਪ ਕਿੱਦਾਂ ਨਿਕਲੀ ਇਹ ਮੇਰੀ ਭੈਣ ਦੀਪਿਕਾ ਜੋ ਕਿ ਜੋਬ ਕਰਦੀ ਹੈ ਐਜ਼ ਅ ਸਟਾਫ ਨਰਸ ਇੱਕ ਹਸਪੀਟਲ ਚ ਵਰਕ ਕਰਦੀ ਆ ਇਹ ਦੱਸਣਾ ਜ਼ਰੂਰੀ ਹੈ ਯੈਸ ਮੈਂ ਤੈਨੂੰ ਦੱਸੂੰਗੀ ਤੇਰਾ ਪ੍ਰੋਫੈਸ਼ਨਲ ਵੀ ਕੀ ਆ ਮਤਲਬ ਮੈਂ ਵੀ ਨਰਸਿੰਗ ਹੀ ਕੀਤੀ ਆ ਪਰ ਮੇਰਾ ਇੰਟਰਸਟ ਸੀਗਾ ਇਸ ਕ੍ਰੀਏਟਰ ਵੱਲ ਸਮਾਰਟ ਬੁਆਏ ਬਹੁਤ ਹੀ ਘੈਂਟ ਲੱਗ ਰਿਹਾ ਸਾਨੂੰ ਅੰਦਰ ਜਾ ਕੇ ਵੀ ਦਿਖਾਨੇ ਆ ਪਹਿਲਾਂ ਥੋੜਾ ਜਿਹਾ ਬਾਹਰ ਅਸੀਂ ਫੋਟੋ ਸ਼ੂਟ ਕਰ ਲਈਏ ਤੇ ਰੀਲਸ ਬਣਾ ਲਈਏ ਆਪਣੀਆਂ ਫੇਰ ਸਾਨੂੰ ਇਹ ਸ਼ਿਦਾਣਾ ਨੂੰ ਦੇਖ ਲੋ ਇਹ ਤਾਂ ਪਤਾ ਨੀ ਅੱਜ ਆਪਣੇ ਫੋਨ ਹੀ ਭਰ ਕੇ ਲੈ ਕੇ ਜਾਣਗੀਆਂ ਤੇ ਪੰਮੂ ਹਾਂ ਤੁਸੀਂ ਬੜੇ ਸੋਹਣੇ ਲੱਗ ਰਹੇ ਹੁੱਡੀ ਬੜੀ ਸੋਹਣੀ ਲੱਗ ਰਹੀ ਆ ਅਮਨ ਭਾਜੀ ਨੇ ਹੁੱਡੀ ਬੜੀ ਘੈਂਟ ਦਈ ਆ ਇੱਦਾਂ ਆ ਫਿਰ ਹੈ ਕਿੱਥੋਂ ਲਈ ਇੱਥੇ ਚਲੋ ਮਾੜੀ ਜੀ ਡਿਟੇਲ ਦੱਸ ਦੋ ਇਹ ਆਪਣੀ ਅਪਰਾ ਸ਼ਾਪ ਹੈ ਆਪਣੀ ਅਮਨ ਭਰਾ ਦੀ ਬਹੁਤ ਵਧੀਆ ਕਲੈਕਸ਼ਨ ਹੈ ਤਿੰਨ ਭਰਾਵਾਂ ਦੀਆਂ ਸ਼ੋਪਾਂ ਖੋਲੀਆਂ ਆਪਣੇ ਬੂਟ ਬੂਟ ਲੈਣੇ ਬੂਟ ਲੈ ਲਓ ਚਾਹੇ ਬੋਇਸ ਕਲੋਥ ਲੈ ਲਓ ਚਾਹੇ ਤੁਸੀਂ ਆਪਣੇ ਘਰ ਦਾ ਮਟੀਰੀਅਲ ਬੈੱਡ ਸ਼ੀਟ ਵਗੈਰਾ ਲੈ ਲਓ ਤੇ ਆਪਣੀ ਬਹੁਤ ਸੋਹਣੀਆਂ ਸ਼ੋਪ ਹੈ ਤਿੰਨੋਂ ਭਰਾਵਾਂ ਦੀਆਂ ਕਰੋ ਚੀਜ਼ ਬੜੀ ਘੈਂਟ ਮਿਲਦੀ ਹੈ ਤੁਸੀਂ ਪੰਮੂ ਦੇ ਪਾਈ ਹੋਏ ਦੇਖ ਹੀ ਰਹੇ ਹੋ ਭਾਰੀ ਹੁੱਡੀਆਂ ਵੈਸੇ ਚੁਣ ਕੇ ਲਿਆਂਦੇ ਆ ਹਨਾ ਯੈਸ ਤੇ ਆਏ ਕਿੱਥੋਂ ਆ ਅਪਰੇ ਤੋਂ
ਹਾਂ ਪਰ ਉਹ ਲੈ ਕੇ ਆਈ ਆ ਤਾਂ ਹੀ ਆਇਆ ਚਲਾ ਬੰਨੇ ਆ ਸੋ ਚਲੇ ਬੈਠੀਏ ਫਿਰ ਕੁਝ ਖਾਈਏ ਪੀਏ ਔਰ ਬਾਕੀ ਦੇਖ ਤਾਂ ਲੈ ਆਈ ਆ ਪੰਮੇ ਸੂਟਾਂ ਵਾਲੇ ਆਂਡੇ ਸੂਟ ਦਵਾਣਾ ਸੈਡ ਤੇ ਜਾ ਖਾਣੇ ਵੀ ਨੇ ਤੇ ਬੰਨੇ ਚਲੋ ਕੁਝ ਖਾਈਏ ਪੀਏ ਕਿ ਸਾਨੂੰ ਲੱਗ ਗਿਆ ਹੁਣ ਭੁੱਖ ਇਹ ਭੁੱਖੀਆਂ ਹੀ ਬੈਠੀਆਂ ਆ ਤੇ ਜਾਓ ਸੰਗੀਤਾ ਕਿਆ ਕਿਆ ਖਾਓਗੇ ਕੌਣ ਕੌਣ ਆਂ ਬੁਟੀਕਾ ਪਲੀਜ਼ ਜਾਓ ਤੇ ਆਪਣੀ ਫੈਮਿਲੀ ਖਾਣ ਤੇ ਇਹਨੇ ਲੈ ਕੇ ਆਓ ਕਿਆ ਖਾਓਗੇ ਆ ਵਾਂ ਧੱਕਾ ਨੂਡਲ ਔਰ ਇਹ ਪਰ ਦੋ ਮਹਾਰਾਣੀਆਂ ਦੇਖੋ ਕੀ ਲੈ ਕੇ ਆਉਂਦੀਆਂ ਹਨ ਤੇ ਵੈਸੇ ਤਾਂ ਮੇਰਾ ਹੱਕ ਨੀਰੂ ਖਾਨ ਨੂੰ ਜੀਤ ਕਰ ਰਿਹਾ ਮੈਨੂੰ ਦੋ ਹੀ ਚੀਜ਼ਾਂ ਜ਼ਿਆਦਾ ਪਸੰਦ ਹੈ ਜਿਹੜੀ ਮੈਨੂੰ ਅਨਲਿਮਿਟਿਡ ਖਵਾ ਦੋ ਤੇ ਮੇਰਾ ਦਿਲ ਨਹੀਂ ਹਰੇਗਾ ਉਹ ਹੈ ਹੱਕ ਨੀਰੂ ਐਂਡ ਕੋਲਡ ਕੌਫੀ ਗਈਆਂ ਤਾਂ ਹੈ ਆਰਡਰ ਕਰਨ ਦੇਖੋ ਕੀ ਲੈ ਕੇ ਆਉਂਦੀਆਂ ਧਿਆਨ ਦੇ ਨਾਲ ਜੇ ਡੈਗ ਪਿਆ ਨਾ ਦੁਬਾਰ ਤੀ ਭੇਜੂ ਲੈਣ ਲਓ ਜੀ ਡਿਸ਼ ਹੋ ਗਈ ਹੈ ਰੈਡੀ ਹੋਰ ਵੀ ਚਲੋ ਆ ਜਾਓ ਖਾ ਲਓ ਤੁਸੀਂ ਵੀ ਸਾਰੀ ਆਪਾਂ ਵੀ ਲੱਗੀਆਂ ਖਾਣ ਆਪਾਂ ਅਗਲਾ ਅਤੇ ਸ਼ਦੈਣ ਇਹ ਮੇਰੀਆਂ ਭੈਣਾਂ ਜਿਹੜੀਆਂ ਟਿਕਦੀਆਂ ਹੀ ਨਹੀਂ ਹੈਗੀਆਂ ਇਹ ਚਲੇ ਗਈਆਂ ਹੁਣ ਪਰਫਿਊਮ ਦੇਖਣ ਪਤਾ ਨਹੀਂ ਇਹਨਾਂ ਨੇ ਕਿੰਨੇ ਕੁ ਪਰਫਿਊਮ ਇਕੱਠੇ ਕਰਨੇ ਹੁੰਦੇ ਆ ਸਾਰੇ ਮੈਨੂੰ ਲੱਗਦਾ ਇਹਨਾਂ ਨੇ ਟਰਾਈ ਕਰਕੇ ਦੇਖਣੇ ਆ ਹੁਣ ਲੱਗੀਆਂ ਭਾਜੀ ਨੂੰ ਤੰਗ ਕਰਨ ਵੀ ਨਿਕਲ ਚੁੱਕੀ ਆ ਘੁੰਮ ਕੇ ਬਹੁਤ ਰਫ ਸੀਗਾ ਤੇ ਖੜਨ ਦੀ ਵੀ ਜਗ੍ਹਾ ਨਹੀਂ ਸੀ ਤੇ ਖਾ ਪੀ ਵੀ ਲਿਆ ਹੁਣ ਆਪਾਂ ਚੱਲਦੇ ਇੱਕ ਨਵੀਂ ਜਗ੍ਹਾ ਤੁਹਾਨੂੰ ਲੈ ਕੇ ਬਾਈ ਦੀ ਮਾਰਕੀਟ ਜਾਣਾ ਕੁੜੀਆਂ ਨੇ ਹੁਣ ਤੇ ਤੁਹਾਨੂੰ ਬਾਈ ਦੀ ਮਾਰਕੀਟ ਵੀ ਦਿਖਾ ਦਿੰਦੇ ਸ਼ਾਪਿੰਗ ਲਈ ਸਭ ਤੋਂ ਬੈਸਟ ਹੈ ਨੈਕਸਟ ਵਲੌਗ ਚਲੋ ਨੈਕਸਟ ਤੇ ਬਹੁਤ ਇੰਜੋਏ ਕੀਤਾ ਸਾਰੇ ਜਣਿਆਂ ਨੇ ਚਲੀਏ।